ਸਤਿਗੁਰ ਤੋਂ ਸਦਕੇ ਜਾਈਏ, ਸਤਿਗੁਰ ਤੋਂ ਬਲਿਹਾਰੇ ਜਾਈਏ। ਐਸੇ ਸਤਿਗੁਰ ਤੋਂ ਗੁਰਮੁਖੋ, ਜਿਸ ਸਤਿਗੁਰ ਨੇ ਸਾਨੂੰ ਗੁਰਮੁਖੋ ਦੱਸਿਆ ਕਿ ਆਹ ਸਿੱਖਾ ਤੈਨੂੰ ਦਸਾਂ ਦਿਨ ਕਿਵੇਂ ਮਨਾਉਣੇ ਨੇ, ਆਹ ਦਸਾਂ ਤੈਨੂੰ ਤਿਉਹਾਰ ਕਿਵੇਂ ਮਨਾਉਣੇ ਨੇ। ਹੁਣ ਗੁਰਮੁਖੋ ਤੁਹਾਨੂੰ ਪਤਾ ਲੋਹੜੀ ਦੇ ਲੋਕੀ ਗੁਰਮੁਖ ਕਿਵੇਂ ਲੋਹੜੀਆਂ ਮਨਾਉਂਦੇ ਨੇ। ਸਤਿਗੁਰ ਨੇ ਗੁਰਮੁਖੋ ਬਿਲਕੁਲ ਇਸ ਚੀਜ਼ ਦੀ ਗੁਰਮੁਖੋ ਆਗਿਆ ਨਹੀਂ ਦਿੱਤੀ ਕਿ ਇੱਦਾਂ ਸਿੱਖ ਅੱਗ ਬਾਲੇ ਹੋਰ ਇੱਦਾਂ ਕੰਮ ਕਰੇ। ਨਹੀਂ ਗੁਰਮੁਖੋ, ਜੇ ਹੋਲੀ ਗੁਰਮੁਖੋ ਆ ਗਈ, ਹੋਲੀ ਵੀ ਸਤਿਗੁਰ ਕਹਿੰਦੇ ਆਹ ਸਿੱਖਾਂ ਤੈਨੂੰ ਦੱਸਾਂ ਹੋਲੀ ਕਿਵੇਂ ਮਨਾਉਣੀ ਆ। ਜੇ ਰੁੱਤਾਂ ਆ ਗਈਆਂ, ਸਤਿਗੁਰ ਕਹਿੰਦੇ ਆਹ ਸਿੱਖਾਂ ਦੱਸਾਂ ਰੁੱਤਾਂ ਕਿਵੇਂ ਮਨਾਉਣੀਆਂ ਨੇ। ਤੂੰ ਗੁਰਮੁਖੋ ਬੇਸ਼ੱਕ ਇਹ ਹੋਲੀ ਦਾ ਪੁਰਾਤਨ ਤਿਉਹਾਰ ਹੈ, ਪੁਰਾਣਾ ਤਿਉਹਾਰ ਹੈ, ਜੋ ਗੁਰਮੁਖ ਤੁਸੀਂ ਪੜ੍ਹਿਆ ਵੀ ਹੈ ਸੁਣਿਆ ਵੀ ਆ। ਹਰਨਾਕਸ਼ ਸੀ ਗੁਰਮੁਖੋ, ਉਹਦੀ ਭੈਣ ਹੋਲਕਾ ਤੇ ਹਰਨਾਸ਼ਕ ਦਾ ਪੁੱਤਰ ਗੁਰਮੁਖੋ ਪ੍ਰਹਲਾਦ। ਹਰਨਾਸ਼ ਚਾਹੁੰਦਾ ਸੀ ਕਿ ਮੇਰੀ ਪੂਜਾ ਹੋਵੇ, ਪਰ ਪ੍ਰਹਲਾਦ ਪਰਮੇਸ਼ਰ ਨੇ ਗੁਰਮੁਖੋ ਕਲਰ ਦੇ ਵਿੱਚ ਗੁਰਮੁਖੋ ਉਹ ਫੁੱਲ ਬੀਜਿਆ, ਉਹ ਫੁੱਲ ਬੀਜਿਆ ਕਲਰ ਦੇ ਵਿੱਚ ਪ੍ਰਹਲਾਦ। ਹੁਣ ਪ੍ਰਹਲਾਦ ਗੁਰਮੁਖੋ ਉਹ ਰਾਮ ਰਾਮ ਜਪਦਾ, ਹਰਨਾਕਸ਼ ਨੂੰ ਗੁਰਮੁਖੋ ਇਹ ਮਨਜ਼ੂਰ ਨਹੀਂ ਕਿ ਮੇਰਾ ਪੁੱਤਰ ਹੋਵੇ ਤੇ ਮੇਰਾ ਵਿਰੋਧੀ ਹੋਵੇ। ਤੇ ਕਹਿੰਦੇ ਦੋ ਉਸਤਾਦ ਲੱਗੇ, ਸੰਡਾ ਤੇ ਮਰਦਾ, ਦੋ ਉਸਤਾਦ ਕਿ ਇਹਨੂੰ ਕਹੋਵੇ ਇਹ ਵੀ ਮੇਰਾ ਨਾਮ ਜਪੇ। ਪਾਠਸ਼ਾਲਾ ਦੇ ਗੁਰਮੁਖੋ ਸਾਰੇ ਬੱਚੇ ਇਕੱਠੇ ਹੋਏ, ਪੰਛੀ ਜਹਾਜ਼ ਇਤਿਹਾਸ ਨਹੀਂ, ਇਤਿਹਾਸ ਸੁਣਿਆ ਹੁੰਦਾ ਪੜ੍ਹਿਆ ਗੁਰਮੁਖੋ, ਪੰਛੀ ਜਹਾਜ਼ ਕਿਉਂ, ਹੋਲੀਆਂ ਵੀ ਗੁਰਮੁਖ ਲੰਘ ਕੇ ਗਈਆਂ ਨੇ। ਬਸ ਗੱਲ ਇੱਥੇ ਗੁਰਮੁਖੋ ਸਤਿਗੁਰ ਨੇ ਕਿਵੇਂ ਕਿਹਾ ਤੂੰ ਸਿੱਖਾ ਹੋਲੀ ਕਿਵੇਂ ਮਨਾਉਣੀ ਹੈ। ਉਹ ਸੰਡਾ ਮੜਦਾ ਗੁਰਮੁਖੋ ਕਹਿੰਦੇ ਬੱਚਿਓ ਪੜ੍ਹੋ, ਜਲੇ ਹਰਨਾਕਸ਼ ਥਲੇ ਹਰਨਾਕਸ਼। ਤੇ ਗੁਰਮੁਖੋ ਪ੍ਰਹਲਾਦ ਤਾਰੀ ਬਣ ਲੱਗ ਪਿਆ, ਕਹਿੰਦਾ ਨਹੀਂ ਇਹ ਨਹੀਂ ਬਣਨਾ, ਇਹ ਬਣਨਾ ਜਲੇ ਰਾਮ ਥਲੇ ਰਾਮ। ਗੁਰਮੁਖੋ ਉਹ ਸੰਡਾ ਬਣਦਾ ਫਿਰ ਕਹਿ ਲੱਗੀ, ਕਹਿੰਦੇ ਨਹੀਂ ਤੇਰੇ ਪਿਤਾ ਦਾ ਹੁਕਮ ਹੈ ਇਹ ਬਣਨਾ ਜਲੇ ਹਰਨਾਕਸ਼ ਥਲੇ ਹਰਨਾਕਸ਼। ਕਹਿੰਦਾ ਨਹੀਂ ਨਾ ਮੰਨਿਆ ਗੁਰਮੁਖੋ ਕੀਰਤ ਜਾ, ਕਹਿੰਦਾ ਹਰਨਾਕਸ਼ ਸਾਡੇ ਵੱਸ ਦੀ ਗੱਲ ਨਹੀਂ, ਇਹ ਪ੍ਰਹਲਾਦ ਨੂੰ ਸਮਝਾਉਣਾ ਸਾਡੇ ਵੱਸ ਦੀ ਗੱਲ ਨਹੀਂ। ਗੁਰਮੁਖੋ ਕਈ ਤਰ੍ਹਾਂ ਦੇ ਜਿਹੜੇ ਉਪਾਅ ਕੀਤੇ ਗੁਰਮੁਖੋ, ਕਈ ਤਰ੍ਹਾਂ ਦੀਆਂ ਨਿਆਮਤਾਂ ਘੜੀਆਂ। ਅਖੀਰ ਤੇ ਕਹਿੰਦਾ ਆਪਣੀ ਭੈਣ ਹੋਲਕਾ ਨੂੰ, ਹੋਲਕਾ ਤੈਨੂੰ ਵਰ ਮਿਲਿਆ, ਤੈਨੂੰ ਵਰ ਮਿਲਿਆ, ਮੇਰਾ ਪੁੱਤਰ ਮੇਰਾ ਵਿਰੋਧੀ ਬਣ ਗਿਆ, ਤੈਨੂੰ ਵਰ ਮਿਲਿਆ, ਤੂੰ ਅੱਗ ਚ ਸੜ ਨਹੀਂ ਸਕਦੀ, ਤੈਨੂੰ ਇਹ ਵਿਸ਼ਾਲਾ ਮਿਲਿਆ। ਕਈ ਵਿਸ਼ਾਲਾ ਲਿਖਿਆ, ਕੋਈ ਜਟਾਈ ਗੁਰਮੁਖ ਲਿਖਿਆ, ਕੋਈ ਕੰਬਲੀ ਕਹਿ ਲਓ, ਵਿਸ਼ਾਲਾ ਕਹਿ ਲਓ। ਤੂੰ ਏਦਾਂ ਕਰ ਆਪਣੇ ਚਾਰ ਸਵੇਰੇ ਅੱਗ ਲਾ ਕੇ, ਚਾਰ ਸਵੇਰੇ ਅੱਗ ਲਾ ਕੇ ਤੇ ਕੋਲ ਪ੍ਰਹਲਾਦ ਨੂੰ ਬਿਠਾ ਲਈ, ਆਪ ਉਹ ਵਿਸ਼ਾਲੇ ਦੀ ਕੁੱਕਲ ਮਾਰ ਲਈ ਤੇ ਅਸੀਂ ਅੱਗ ਲਾ ਦਾਂਗੇ ਚਾਰ ਸਵੇਰੇ, ਤੈਨੂੰ ਕੁਝ ਹੋਣਾ ਨਹੀਂ। ਤੇ ਪ੍ਰਹਲਾਦ ਸਾਡੇਗਾ, ਭਾਵੇਂ ਮੇਰਾ ਪੁੱਤਰ ਹੈ ਵਿਰੋਧੀ ਮੇਰਾ, ਤਾਂ ਮੇਰੇ ਕੋਲ ਮੈਥੋਂ ਇਹ ਬਰਦਾਸ਼ਤ ਨਹੀਂ ਹੁੰਦਾ, ਮੈਂ ਚਾਹੁੰਦਾ ਸਾਰਾ ਸੰਸਾਰ ਮੇਰੀ ਪੂਜਾ ਕਰੇ, ਮੈਂ ਚਾਹੁੰਦਾ ਸਾਰਾ ਸੰਸਾਰ ਮੇਰੀ ਪੂਜਾ ਕਰੇ। ਹੋਲਕਾ ਕਹਿੰਦੀ ਹੁੰਦਾ ਇਹ ਕਿਹੜੀ ਗੱਲ, ਕਹਿੰਦੇ ਅੱਗ ਲਾਈ ਪੰਛੀ ਜਹਾਜ਼ ਗੁਰਮੁਖੋ, ਅੱਗ ਲਾਈ ਲਾ ਕੇ ਪ੍ਰਹਲਾਦ ਨੂੰ ਬਿਠਾ ਲਿਆ, ਬਚਪਨ ਦੀ ਉਮਰ ਹੈ। ਹੋਲਕਾ ਨੇ ਉਹ ਬੁੱਕਲ ਵਾਲੀ, ਵਿਸ਼ਾਲੇ ਦੀ ਬੁੱਕਲ ਵਾਲੀ, ਤੇ ਕਹਿੰਦੇ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਦੇ ਹੁਕਮ ਦੇ ਵਿੱਚ ਸਭ ਕੁਝ। ਤੇ ਕਹਿੰਦੇ ਐਸੀ ਵਿਧਵਣੀ ਹਵਾ ਆਈ, ਉਹ ਵਿਸ਼ਾਲਾ ਉੱਡ ਕੇ ਪ੍ਰਹਲਾਦ ਤੇ ਬਹਿ ਗਿਆ ਤੇ ਹੋਲਕਾ ਸੜ ਗਈ। ਇਹ ਦੋਵਾਂ ਦੇ ਮੁਤਾਬਕ ਗੁਰਮੁਖੋ ਇੱਥੋਂ ਹੋਲੀ ਸ਼ੁਰੂ ਹੋਈ, ਹੋਲਕਾ ਦੇ ਸੱਚ ਦੀ ਜਿੱਤ ਹੋਈ। ਭਾਵੇਂ ਪ੍ਰਹਲਾਦ ਦੀ ਗੁਰਮੁਖੋ ਕੋਈ ਗੁਰਬਾਣੀ ਗੁਰਦਸੇ ਦਰਜ ਨਹੀਂ ਹੈ, ਪਰ ਸਤਿਗੁਰ ਨੇ ਭਾਈ ਗੁਰਦਾਸ ਜੀ ਨੇ ਭਗਤ ਕਬੀਰ ਜੀ ਨੇ ਨਾਮ ਦਰਜ ਕੀਤੇ ਇਹਨਾਂ ਦੇ। ਸਤਿਗੁਰ ਕਹਿੰਦੇ ਆਓ ਸੰਸਾਰ ਦੇ ਲੋਕੋ, ਤੁਹਾਨੂੰ ਦੱਸਾਂ ਦੇ ਨਾਮ ਜਪਣਾ ਤੇ ਕਿਵੇਂ ਜਪਣਾ ਹੈ। ਇਹ ਭਗਤ ਕਬੀਰ ਜੀ ਦੇ ਸ਼ਬਦ ਗੁਰਮੁਖੋ। ਭਗਤ ਕਬੀਰ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਕਹਿੰਦੇ ਸਾਰੀ ਦੁਨੀਆਂ ਕਹਿੰਦੀ ਅਸੀਂ ਬੜਾ ਨਾਮ ਜਪਦੇ, ਅਸੀਂ ਬਹੁਤ ਨਾਮ ਜਪਦੇ ਹਾਂ। ਕਹਿੰਦੇ ਹੇ ਸੰਸਾਰ ਦੇ ਲੋਕੋ, ਜੇ ਨਾਮ ਜਪਣਾ ਤੇ ਇੱਦਾਂ ਜਪੋ ਕਿੱਦਾਂ।
ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਗਰ ਮੁਖ ਤੁਹਾਨੂੰ ਪਤਾ ਜਦੋਂ ਥੰਮ ਗਰਮ ਕੀਤਾ ਛੋਟੇ ਹੁੰਦੇ ਸਨ ਕਈ ਜਗ੍ਹਾ ਤੇ ਗੁਰਮੁਖ ਜਾਣਾ ਬੀਬੀਆਂ ਨੇ ਧਾਰਨਾ ਬੀਬੀਆਂ ਪੜ੍ਹਦੀਆਂ ਸਨ ਗੁਰਦੁਆਰਿਆਂ ਦੇ ਵਿੱਚ ਕੀੜੀ ਨਾ ਬੰਦੋ ਰਾਮਾ ਪੱਲਾ ਡੋਲ ਜਾਂਦਾ ਜਾਂ ਇਹ ਧਾਰਨਾ ਬੀਬੀਆਂ ਭੈਣਾਂ ਪੜ੍ਹਦੀਆਂ ਦੇ ਸਨ ਗੁਰਮੁਖ ਗੁਰਦੁਆਰਿਆਂ ਦੇ ਵਿੱਚ ਪਾਲਾ ਪੱਤਿਆਂ ਕੰਮਾਂ ਨੂੰ ਜਪੀਆਂ ਆਪੇ ਚਲੋ ਰਾਮ ਰੱਖ ਲਓ ਸਿੱਧਾ ਸਿੱਧਾ ਕੀਰਤਨ ਭੈਣਾਂ ਕਰਦੀਆਂ ਗੁਰਮੁਖੋ। ਉੱਥੇ ਫਿਰ ਗੁਰਮੁਖੋ ਜਦੋਂ ਵੇਖਿਆ ਪ੍ਰਹਲਾਦ ਨੇ ਕੀੜੀ ਤੁਰਦੀ ਆ ਰਹੀ ਹੈ ਪਰਮੇਸ਼ਰ ਦੇ ਗੁਰਮੁਖ ਆਪੇ ਉੱਥੇ ਅਕਾਲ ਪੁਰਖ ਨਰ ਸਿੰਘ ਦਾ ਰੂਪ ਧਾਰਿਆ ਉੱਥੇ ਉੱਥੇ ਗੁਰਮੁਖੋ ਫਿਰ ਇਹਦਾ ਵੱਧ ਕੀਤਾ ਹਰਨਾਕਸ਼ ਦਾ ਫਿਰ ਉੱਧਰ ਵੀ ਆਣਾ ਇਹ ਹੋ ਗਈ ਇਤਿਹਾਸ ਸ਼ੁਰੂ ਤੋਂ ਹੋ ਗਿਆ ਗੁਰਮੁਖੋ ਪਰ ਇਹ ਦਿਨੋਂ ਦਿਨ ਵਿਗੜਦਾ 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 ਵਿਗੜ ਗਿਆ ਗੁਰਮੁਖੋ ਗੱਲ ਇੱਥੇ ਆਉਣਾ ਸੀ ਗੁਰਮੁਖੋ ਤਿਉਹਾਰ ਐਡਾ ਵਿਗੜ ਗਿਆ ਐਡਾ ਵਿਗੜ ਗਿਆ ਗੁਰਮੁਖੋ ਆਉਣੇ ਤੱਕ ਜਦੋਂ ਕਸ਼ਮੂਰ ਦਾ ਤੀਜਾ ਸਜਣ ਸ਼ੁਰੂ ਹੋਇਆ ਪਰ ਐਡਾ ਵਿਗੜ ਗਿਆ ਗੁਰਮੁਖੋ ਸਿੱਖ ਵੀ ਇਸ ਗੇੜ ਦੇ ਵਿੱਚ ਆ ਗਏ ਮਾਫ਼ੀ ਦਿਓ ਮੈਨੂੰ ਪਹਿਲੇ ਹੱਥ ਜੋੜ ਕੇ ਮਾਫ਼ੀ ਮੰਗ ਲਾ ਦਾਸ ਸਿੱਖ ਵੀ ਸਿੱਖ ਘਰਾਣੇ ਵੀ ਲਪੇੜ ਚ ਆ ਗਏ ਗੁਰਮੁਖੋ ਕੀ ਰੰਗ ਤਾਂ ਪਾਉਣਾ ਗੁਰਮੁਖੋ ਪਿੰਡਾਂ ਦੇ ਕਈ ਜਗ੍ਹਾ ਹੋਰ ਜਗ੍ਹਾ ਤੇ ਕਈ ਚਿੱਕੜ ਸੁੱਟਣਾ ਸ਼ੁਰੂ ਕਰ ਦਿੱਤਾ ਕੁਝ ਨੂੰ ਲੱਭੇ ਟੋਕੇ ਦਾ ਤੇਲ ਪਾ ਦਿਓ ਜੀ ਇੱਕ ਦੂਜੇ ਦੇ ਆਪੇ ਪੇਂਟ ਇਹਦੇ ਮਲਦ ਨੇ ਆਪਣਾ ਤਾਂ ਮੂੰਹ ਤੋਂ ਪੇਂਟ ਨੀ ਲੱਥਣਾ ਗੁਰਮੁਖੋ ਇੱਥੋਂ ਤੇ ਗੋਹਾ ਘੋਲ ਘੋਲ ਕੇ ਕਈ ਜਗ੍ਹਾ ਦਸ ਸੁੱਟਾ ਹੁੰਦਾ ਸੀ ਗੁਰਮੁਖੋ ਕਈ ਜਗ੍ਹਾ ਗੋਹਾ ਘੋਲ ਘੋਲ ਇੱਕ ਦੂਜੇ ਦੇ ਪਾਉਣਾ ਗੁਰਮੁਖੋ ਐਡਾ ਵਿਗੜ ਗਿਆ ਗੁਰਮੁਖੋ ਸਤਿਗੁਰ ਦੇ ਆ ਸਿੱਖਾਂ ਦੱਸਾਂ ਹੋਲੀ ਕਿਵੇਂ ਮਨਾਉਣੀ ਆ ਕਹਿੰਦੇ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਗੁਰਮੁਖਾਂ ਦੇ ਵਿੱਚ ਬੈਠ ਕੇ ਹੋਲੀ ਖੇਡ ਕਿਹੜੀ ਹੋਲੀ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਦੱਸਦੇ ਗੁਰੂ ਗੁਰਮੁਖ ਗੁਰੂ ਦੀ ਕਿਰਪਾ ਨਾਲ ਸੁਭਾਅ ਤੇਜੀ ਵਿੱਚ ਗੁਰਮੁਖ ਹੋਏ ਵਾਹਿਗੁਰੂ ਜਾਪ ਤੇ ਜਦੋਂ ਵੀ ਵਾਹਿਗੁਰੂ ਜਾਪ ਜਪਣਾ ਕੰਜੂਸੀ ਨਾ ਕਰਿਆ ਕਰੋ ਉਦੋਂ ਕੰਜੂਸੀ ਬਿਲਕੁਲ ਨਹੀਂ ਕਰਦੀ ਪਿਆਰ ਚ ਉਹਦੇ ਭਿੱਜ ਕੇ ਵਾਹਿਗੁਰੂ 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 ਤਿਉਹਾਰ ਮਨਾਉਣੇ ਵੀ ਸਤਿਗੁਰੂ ਦੱਸਿਆ ਗੁਰਮੁਖੋ ਤਿਉਹਾਰ ਸਿੱਖਾਂ ਏਦਾਂ ਮਨਾ ਜੇ ਮਹੀਨੇ ਆ ਗਏ ਗੁਰਮੁਖੋ ਰੁੱਤਾਂ ਆ ਗਈਆਂ ਸਤਿਗੁਰੂ ਕਹਿੰਦੇ ਨਾਨਕ ਜਿਨ੍ਹਾਂ ਬਸੰਤ ਹੈ ਜਿਨ ਘਰ ਵਸਿਆ ਕੰਤ ਬਸੰਤ ਦਾ ਕਿਹੜਾ ਉਹਨਾਂ ਦੇ ਹਿਰਦੇ ਵਿੱਚ ਘਰ ਵਿੱਚ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਭੂ ਆ ਵਸਦਾ ਹੈ